ਲੱਖਾਂ ਹੀਰੋ ਜਨਮਦੇ ਲੱਖਾਂ ਹੀ ਇੱਥੋਂ ਜਾਂਦੇ ਲੱਖਾਂ ਹੀਰੋ ਜਨਮਦੇ ਲੱਖਾਂ ਹੀ ਇੱਥੋਂ ਜਾਂਦੇ ਨੇ ਬਹੁਤੇ ਜ਼ਿੰਦਗੀ ਨੂੰ ਸਮਝੇ ਬਾਅਦ ਹੀ ਤੁਰ ਜਾਂਦੇ ਨੇ ਕਈ ਕਰਦੇ ਨੇ ਕੋਈ ਚੱਟ ਲਈ ਤੇ ਪੈੜਾਂ ਛੱਡ ਜਾਂਦੇ ਫਿਰ ਪੀੜ੍ਹੀਓ ਪੀੜ੍ਹੀ ਉਹਨਾਂ ਦੇ ਨਾਂ ਦੁਹਰਾਏ ਜਾਂਦੇ ਨੇ ਮਨਜੋਲ ਪ੍ਰਧਾਨਗੀ ਮੰਡਲ ਇੰਡੋ ਕਨੇਡੀਅਨ ਵਰਕਰਸ ਐਸੋਸੀਏਸ਼ਨ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਸ਼ਾਬਾਸ਼ ਇਹ ਦਿੰਦਾ ਬਈ ਇਸ ਐਸੋਸੀਏਸ਼ਨ ਨੇ ਜਦੋਂ ਵੀ ਕੋਈ ਬੜਾ ਪ੍ਰੋਗਰਾਮ ਕੀਤਾ ਬੜਾ ਉੱਚ ਪਾਏ ਦਾ ਕੀਤਾ ਜਿਹੜੀ ਥਾਟ ਪਿੱਛੇ ਜਿਹੜਾ ਇਹਨਾਂ ਦਾ ਪਿਛਲਾ ਪ੍ਰੋਗਰਾਮ ਸੀਗਾ ਏਅਰ ਇੰਡੀਆ ਦੇ ਵਿੱਚ ਜਿਹੜੇ ਸਾਡੇ ਜਿੰਨੀਆਂ ਵੀ ਸ਼ਖਸੀਅਤਾਂ ਇੱਥੋਂ ਸਾਡੇ ਤੋਂ ਵਿਛੜੀਆਂ ਉਹਦੇ ਪ੍ਰਤੀ ਪ੍ਰੋਗਰਾਮ ਕੀਤਾ ਅੱਜ ਇੱਕ ਉਸ ਸ਼ਖਸੀਅਤ ਨੂੰ ਯਾਦ ਕੀਤਾ ਜਾ ਰਿਹਾ ਹੈ ਇਸ ਮੰਚ ਦੇ ਉੱਤੇ ਜਿਨ੍ਹਾਂ ਨੂੰ ਇਹੋ ਜਿਹੇ ਫਤਵੇ ਮਿਲੇ ਹੋਏ ਨੇ ਅਨਕਰਾਊਂਡ ਪ੍ਰਾਈਮ ਮਿਨਿਸਟਰ ਆਫ ਇੰਡੀਆ ਕਿੰਗ ਮੇਕਰ ਤੇ ਜਦੋਂ ਉਹਨਾਂ ਦੀ ਤਸਵੀਰ ਵੱਲ ਦੇਖਦੇ ਹਾਂ ਦੇਖੋ ਇੱਕ ਸਧਾਰਨ ਮਨੁੱਖ ਕੁੜਤੇ ਪਜਾਮੇ ਦੇ ਵਿੱਚ ਪੱਗ ਵੀ ਦੇਖੋ ਇੱਕ ਸਾਡੇ ਮਾਨਯੋਗ ਪੁਰਾਣੇ ਬਜ਼ੁਰਗਾਂ ਮੇਰੇ ਬਾਬਾ ਜੀ ਯਾਦ ਆ ਜਾਂਦੇ ਨੇ ਮੇਰੇ ਉਹਨਾਂ ਵਰਗੀ ਪੱਗ ਬੰਨੀ ਹੋਈ ਆ ਇਹ ਤੋਂ ਸਬਕ ਤਾਂ ਇਹ ਅਸੀਂ ਇਹ ਸਿੱਖਦੇ ਹਾਂ ਵੀ ਸਿੰਪਲ ਲਿਵਿੰਗ ਐਂਡ ਹਾਈ ਥਿੰਕਿੰਗ ਇਸ ਚੀਜ਼ ਦੀ ਅੱਜ ਦੇ ਜ਼ਮਾਨੇ ਦੇ ਵਿੱਚ ਕਦਰ ਫਿਰ ਅਸੀਂ ਇਹਨਾਂ ਦੇ ਜਿਹੜੇ ਦਿਨ ਜਨਮ ਦਿਨ ਜਾਂ ਇਹਨਾਂ ਦਾ ਜਾਣ ਦਾ ਦਿਨ ਕਾਹਤੇ ਮਨਾਉਂਦੇ ਹਾਂ ਇਹਨਾਂ ਨੂੰ ਯਾਦ ਕਰਨ ਦਾ ਸਾਡਾ ਕਾਰਨ ਇਹੀ ਹੁੰਦਾ ਬਈ ਇਹਨਾਂ ਨੇ ਜ਼ਿੰਦਗੀ ਦੇ ਵਿੱਚ ਕੀ ਕੁਝ ਕੀਤਾ ਇਹਨਾਂ ਨੇ ਕਿਹੜੇ ਪਦ ਚਿੰਨ੍ਹ ਸਾਡੇ ਲਈ ਬਣਾਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੀ ਉਹਨਾਂ ਦੇ ਮੁਤਾਬਕ ਤੁਰਨ ਦੀ ਕੋਸ਼ਿਸ਼ ਕਰੀਏ ਅੱਜ ਜਿੱਥੇ ਮੈਂ ਅੱਜ ਦੇ ਪ੍ਰੋਗਰਾਮ ਦੀ ਸ਼ਲਾਘਾ ਕਰਦਾ ਉੱਥੇ ਇਸਦੇ ਨਾਲ ਹੀ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਬਈ ਅੱਜ ਇੱਥੇ ਆਉਣ ਦਾ ਸਾਡਾ ਮਕਸਦ ਤਾਂ ਹੀ ਹੱਲ ਆ ਜੇ ਅੱਜ ਅਸੀਂ ਇਸ ਕਮਰੇ ਤੋਂ ਬਾਹਰ ਜਾਂਦੇ ਹੋਏ ਇਹਨਾਂ ਦੇ ਜੀਵਨ ਦੇ ਵਿੱਚੋਂ ਕੁਝ ਕੁ ਸੇਧਾਂ ਲੈ ਕੇ ਜਾਈਏ ਤੇ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਅਪਣਾਈਏ ਤੇ ਫਿਰ ਹੀ ਸਾਡੇ ਲਈ ਇਹ ਇਹਨਾਂ ਨੂੰ ਜਿਹੜੀ ਸੱਚੀ ਸ਼ਰਧਾਂਜਲੀ ਹੋਵੇਗੀ ਤੇ ਇਹ ਸੁਰਜੀਤ ਤਾਂ ਜਿਸ ਤਰ੍ਹਾਂ ਦਾ ਉਹਨਾਂ ਦਾ ਨਾਂ ਹੀ ਸੁਰਜੀਤ ਆ ਇਹਨਾਂ ਨੇ ਤਾਂ ਹਮੇਸ਼ਾ ਸੁਰਜੀਤ ਰਹਿਣਾ ਤੇ ਬਾਕੀ ਜਿਸ ਤਰ੍ਹਾਂ ਉਹਨਾਂ ਦੇ ਜੀਵਨ ਬਾਰੇ ਮੈਂ ਨਹੀਂ ਬਾਹਲਾ ਕਹਿੰਦਾ ਕਿਉਂਕਿ ਮੇਰਾ ਖਿਆਲ ਨਹੀਂ ਇਸ ਕਮਰੇ ਦੇ ਵਿੱਚ ਕੋਈ ਐਸੀ ਸ਼ਖਸੀਅਤ ਹੋਵੇ ਜਿਹਨਾਂ ਨੂੰ ਉਹਨਾਂ ਦੇ ਜੀਵਨ ਬਾਰੇ ਜਾਣਕਾਰੀ ਨਹੀਂ ਹੈ ਮੈਂ ਇੱਕ ਵਾਰ ਫਿਰ ਅੱਜ ਦੇ ਪ੍ਰੋਗਰਾਮ ਦੇ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੰਦਾ ਹੋਇਆ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਵੱਲੋਂ ਸਾਡੇ ਉਸ ਮਹਾਨ ਚਿੰਤਕ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਔਰ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸੁਣਨ ਲਈ ਧੰਨਵਾਦ ਕਰਦਾ ਬਹੁਤ ਬਹੁਤ ਮਿਹਰਬਾਨੀ